أعوذ بالله من الشيطان الرجيم بسم الله الرحمن الرحيم الحمد لله الحمد لله اسی اج مشق نمبر 7 سبق نمبر ساڈا 61 ہے مشق کیا عین الفا عین بے اب کہ عین دے نال الف کیدان لگاونا عین نال بے کیدان لگاونی ہے یہ اسی اج شروع کران گے او دے نال نال میں ایک مزید تہاڈے نال گل شیئر کرنی چاہنا کہ اسی ایک کتاب بنائی سی جیڑی کہ عرصہ دراز 5 سال تو ساڈی چل رہی سی ਹੁਣ ਅਸੀਂ ਇੱਕ ਕਿਤਾਬ ਨਵੀਂ ਬਣਾ ਰਹੇ ਹਾਂ ਜਿਹੜੀ ਕਿ ਉਹਦੇ ਵਿੱਚ ਇੰਗਲਿਸ਼ ਵੀ ਹੈ ਔਰ ਉਰਦੂ ਵੀ ਹੈ ਉਹ ਅਸੀਂ ਚਾਹੁੰਦੇ ਹਾਂ ਕਿ ਸਾਡੇ ਪੂਰੇ ਪਾਕਿਸਤਾਨ 'ਚ ਜਿਹੜੇ ਨਾ ਬੁੱਕ ਡਿਪੂ ਵਗੈਰਾ ਸਟੇਸ਼ਨਰ ਦੁਕਾਨਾਂ ਉਹਨਾਂ ਤੱਕ ਪਹੁੰਚਣੀ ਚਾਹੀਦੀ ਹੈ ਅਤੇ ਉਹ ਅਸੀਂ ਕਾਫੀ ਦੋਸਤਾਂ ਨਾਲ ਰਾਬਤੇ ਕੀਤੇ ਨੇ ਕੁਝ ਦੋਸਤਾਂ ਦੇ ਸਾਡੇ ਤੱਕ ਐਡਰੈਸ ਪਹੁੰਚ ਗਏ ਨੇ ਕੁਝ ਰਹਿੰਦੇ ਨੇ ਮਜ਼ੀਦ ਜਿਹੜੇ ਲੋਕ ਵੀਡੀਓ ਸਾਡੀ ਦੇਖ ਰਹੇ ਨੇ ਉਹ ਤੋਂ ਕੋਈ ਫਾਇਦਾ ਲੈ ਰਹੇ ਨੇ ਉਹਨਾਂ ਦੇ ਇਲਾਕੇ ਦੇ ਵਿੱਚ ਅਗਰ ਕੋਈ ਅੱਛਾ ਬੁੱਕ ਡਿਪੂ ਸਟੇਸ਼ਨਰ ਜਿਹਦਾ ਆਰਟ ਦੇ ਮੁਤਲਕ ਸਮਾਨ ਵਗੈਰਾ ਹੋਵੇ ਉਹ ਸਾਡੇ ਨਾਲ ਰਾਬਤਾ ਕਰਕੇ ਸਾਨੂੰ ਆਪਣਾ ਦੁਕਾਨ ਦਾ ਨਾਮ ਐਡਰੈਸ ਫੋਨ ਨੰਬਰ ਭੇਜੇ ਅਸੀਂ ਉਸ ਕਿਤਾਬ ਦੇ ਵਿੱਚ ਲਗਾ ਦਈਏ ਤਾਂ ਕਿ ਉਹ ਕਿਤਾਬ ਉੱਥੋਂ ਮੁਹੱਈਆ ਹੋਵੇ ਉਹਨਾਂ ਨੂੰ ਮਿਲ ਸਕੇ ਔਰ ਸਾਡੀ ਕੋਸ਼ਿਸ਼ ਹੋਏਗੀ ਅਸੀਂ ਉਹਨਾਂ ਤੱਕ ਕਿਤਾਬ ਜਿਹੜੀ ਨਾ ਪਹੁੰਚਾਵਾਂਗੇ ਇਨਸ਼ਾਅੱਲਾ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਸਾਡੀ ਅੱਜ ਨਵੀਂ ਮਸ਼ਕ ਮਸ਼ਕ ਨੰਬਰ 7 ਆਇਨ ਅਲਫਾਜ਼ ਦੀ ਮਸ਼ਕ ਸ਼ੁਰੂ ਕਰ ਰਹੇ ਹਾਂ ਸਬਕ ਨੰਬਰ 61 ਇਸ ਜੀ ਸਾਡੀ ਮਸ਼ਕ ਅੱਜ ਆਇਨ ਅਲਫਾ ਦੀ ਅਤੇ ਤੁਸੀਂ ਇਹਨੂੰ ਦੂਸਰਾ ਹਰਫ ਅਸੀਂ ਦੇ ਨਾਲ ਹੀ ਐਨ ਦੇ ਅਬ ਲਿਖਾਂਗੇ ਇਸ ਜੀ ਲੈਡ ਪੈਨਸਲ ਦੀ ਮਸ਼ਕ ਐਨ ਅਲਫਾ ਔਰ ਐਨ ਬਿਆਬ ਪ੍ਰੀਟੀ ਲਾਈਸ ਲੁੱਕ ਮੀ ਇਨ ਦ ਫੇਸ ਟੈਲ ਮੀ ਦੈਟ ਯੂ ਲਵ ਮੀ